ਸਾਡਾ ਬਹੁਤ ਵਧੀਆ ਕੰਮ ਕਰਦਾ ਅਸੀਂ ਇਹਨਾਂ ਨਾਲ 4-15 ਸਾਲ ਤੋਂ ਪਹਿਲਾਂ ਜੁੜੇ ਹੋਏ ਹਾਂ ਬਹੁਤ ਵਧੀਆ ਸਾਨੂੰ ਹਰੇਕ ਸਾਡੇ ਕੰਮ ਕਰਵਾਉਂਦੇ ਆ ਹਰੇਕ ਕੰਮ ਵਧੀਆ ਕਰਦੇ ਪਏ ਆ ਨਮਸਤੇ ਧੰਨਵਾਦ ਹਾਂਜੀ ਆਂਟੀ ਜੀ ਹੈਲੋ ਹਾਂਜੀ ਇਹ ਭਾਈ ਸਾਹਿਬ ਸਾਡੇ ਨਾਲ ਬਹੁਤ 10-15 ਸਾਲ ਤੋਂ ਜੁੜੇ ਹੋਏ ਆ ਵੀ ਸਾਡਾ ਸਾਥ ਦਿੰਦੇ ਜਿਸ ਕੰਮ ਨੂੰ ਅਸੀਂ ਕਹਿੰਦੇ ਉਹ ਕੰਮ ਸਾਡਾ ਪੂਰਾ ਕਰਦੇ ਆ ਵੀ ਵੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅਨਿਲ ਖਟਵਾਲ ਜੀ ਇਹ ਉਪਰਾਲਾ ਕਰ ਰਹੇ ਨੇ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਆ ਕਿਉਂਕਿ ਇਹ ਸਾਰੇ ਹੀ ਮਿਹਨਤਕਸ਼ ਲੋਕ ਨੇ ਉਹ ਮਿਹਨਤ ਕਰਦੇ ਨੇ ਉਹਦੇ ਵਿੱਚੋਂ ਜੋ ਵੀ ਆਪਣਾ ਤਿਲ ਫੁੱਲ ਇਕੱਠਾ ਹੁੰਦਾ ਆ ਉਹ ਕਰਕੇ ਅਨਿਲ ਖਟਵਾਲ ਜੀ ਦੇਖੋ ਇਹ ਭੈਣਾਂ ਵਾਸਤੇ ਗਿਫਟ ਕੱਢਦੇ ਆ ਇੱਕ ਪਿਆਰ ਆ ਉਹ ਪਿਆਰ ਦੇ ਵਿੱਚ ਹੀ ਇਹ ਸਾਰੀਆਂ ਭੈਣਾਂ ਨੂੰ ਇਕੱਠਿਆਂ ਕਰਕੇ ਮੈਂ ਕਹਿੰਦਾ ਵੀ ਜਿੰਨਾ ਇਹਨਾਂ ਭੈਣਾਂ ਦਾ ਆਪਸ ਦੇ ਵਿੱਚ ਪਿਆਰ ਆ ਮੈਨੂੰ ਸਾਨੂੰ ਦੇਖ ਕੇ ਇਸ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਆ ਵੀ ਇਹ ਸਾਰੇ ਰਲ ਮਿਲ ਕੇ ਇੱਕ ਦੂਜੇ ਦਾ ਸਹਿਯੋਗ ਕਰਦੇ ਨੇ ਔਰ ਕਰਨਾ ਵੀ ਚਾਹੀਦਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਭੈਣਾਂ ਨੂੰ ਵੀ ਇਹ ਗੱਲ ਕਹਾਂਗੇ ਵੀ ਤੁਸੀਂ ਅਨਿਲ ਕਟਵਾਲ ਜੀ ਦਾ ਸਹਿਯੋਗ ਦਿਓ ਠੀਕ ਆ ਔਰ ਤੁਸੀਂ ਵੀ ਇਹਨਾਂ ਦੀ ਬਾਂਹ ਫੜੋ ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਹਮੇਸ਼ਾ ਤੁਹਾਡੇ ਨਾਲ ਸਾਥ ਖੜੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਖੁਸ਼ਬੂ ਹੈ ਉਹਨਾਂ ਬਾਰੇ ਮੈਂ ਕਹਿਣਾ ਚਾਹੁੰਦੀ ਹਾਂ ਸਾਡੇ ਨਾਲ 10-15 ਸਾਲ ਤੋਂ ਮੈਂ ਉਹਨਾਂ ਨਾਲ ਜੁੜੀ ਹਾਂ ਉਹਨਾਂ ਨੇ ਇਸ ਖੁਸ਼ੀ 'ਚ ਮੈਨੂੰ ਰਕਸ਼ਾ ਬੰਧਨ ਦੀ ਖੁਸ਼ੀ 'ਚ ਵਾਸ਼ਿੰਗ ਮਸ਼ੀਨ ਗਿਫਟ ਦਿੱਤੀ ਬਹੁਤ ਵਧੀਆ ਫੀਲ ਹੋ ਰਿਹਾ ਹਾਂਜੀ ਮੇਰਾ ਨਾਮ ਨੇਹਾ ਘਈ ਹੈ ਮੈਂ ਅਨਿਲ ਖਟਵਾਲ ਨਾਲ 15 ਸਾਲ ਤੋਂ ਪਹਿਲਾਂ ਜੁੜੀ ਹੋਈ ਹਾਂ ਇਹ ਬੱਚਾ ਸਾਡੇ ਲਈ ਬਹੁਤ ਅੱਛਾ ਹੈ ਹਰ ਜਗ੍ਹਾ ਸਾਡੇ 'ਤੇ ਮੁਸੀਬਤ ਦੇ ਉੱਤੇ ਕੰਮ ਆਉਂਦਾ ਆ ਮੇਰਾ ਬਹੁਤ ਬਹੁਤ ਧੰਨਵਾਦ ਕਰਦੀ ਜੈ ਭੀਮ ਜੈ ਭਾਰਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਵਾਰਡ ਨੰਬਰ 59 ਵਿੱਚ 6ਵਾਂ ਮਸ਼ੀਨ ਵੰਡ ਸਮਾਰੋਹ ਚੱਲ ਰਿਹਾ ਵਾ ਜਿਵੇਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੱਖੜੀ ਦਾ ਹਿੰਦੂਆਂ ਦਾ ਬਹੁਤ ਵੱਡਾ ਤਿਉਹਾਰ ਮੰਨਿਆ ਜਾ ਰਿਹਾ ਉਸ ਨੂੰ ਮਨਾਉਣ ਵਾਸਤੇ ਅਸੀਂ ਇੱਕ ਸਪੈਸ਼ਲ ਪਲੈਨਿੰਗ ਕੀਤੀ ਸੀ ਕਿ ਮੈਂ ਚਾਹੁੰਦਾ ਸੀਗਾ ਕਿ ਆਪਣੀ ਭੈਣਾਂ ਵਾਸਤੇ ਕੁਛ ਨਾ ਕੁਛ ਕਰ ਸਕਾਂ ਅਤੇ ਇਸ ਲਈ ਮੈਂ ਸੋਚਣਾ ਚਾਹੁੰਦਾ ਸੀ ਕਿ ਮੈਂ ਆਪਣੀ ਭੈਣਾਂ ਵਾਸਤੇ ਕੀ ਕਰਾਂ ਤਾਂ ਸਿਲਾਈ ਮਸ਼ੀਨਾਂ ਤਾਂ ਅਸੀਂ ਹਰ ਮਹੀਨੇ ਦੀਆਂ 10 ਦਿੰਦੇ ਹਾਂ ਅਤੇ ਇਸ ਟਾਈਮ ਭੈਣਾਂ ਨੇ ਕਿਹਾ ਸੀਗਾ ਭੈਣਾਂ ਵੱਲੋਂ ਹੁਕਮ ਹੋਇਆ ਸੀ ਕਿ ਕੁਛ ਅਲੱਗ ਕੀਤਾ ਜਾਵੇ ਸੋ ਫਿਰ ਇਸ ਲਈ ਅਸੀਂ ਇੱਕ ਸੋਚਿਆ ਕਿ ਕਿਉਂ ਨਾ ਭੈਣਾਂ ਨੂੰ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਵੇ ਅਤੇ ਮੇਰਾ ਬਜਟ ਘੱਟ ਹੋਣ ਦੀ ਵਜ੍ਹਾ ਨਾਲ ਮੈਂ ਦੇਖੋ ਜੀ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਵਾਂ ਇਸ ਲਈ ਮੇਰਾ ਬਜਟ ਘੱਟ ਸੀ ਇਸ ਲਈ ਮੈਂ ਸਾਰੀਆਂ ਮੈਂ ਚਾਹੁੰਦਾ ਸੀ ਸਾਰੀਆਂ ਭੈਣਾਂ ਨੂੰ ਮੈਂ ਆਪਣੇ ਵੱਲੋਂ ਵਾਸ਼ਿੰਗ ਮਸ਼ੀਨਾਂ ਰੱਖੜੀ 'ਤੇ ਗਿਫਟ ਕਰਾਂ ਪਰ ਮੇਰਾ ਬਜਟ ਘੱਟ ਹੋਣ ਦੀ ਵਜ੍ਹਾ ਨਾਲ ਮੈਂ ਇੱਕ ਹੀ ਸਿਲਾਈ ਇੱਕ ਹੀ ਵਾਸ਼ਿੰਗ ਮਸ਼ੀਨ ਲਿਆ ਪਾਇਆ ਵਾਂ ਅਤੇ ਸਾਰੀਆਂ ਭੈਣਾਂ ਦਾ ਮੈਂ ਇੱਕ ਨਾਮ ਪਾ ਕੇ ਇੱਕ ਡਰਾਅ ਕੱਢਿਆ ਸੀਗਾ ਸੋ ਡਰਾਅ ਦੇ ਵਿੱਚੋਂ ਮੇਰੀ ਭੈਣ ਖੁਸ਼ਬੂ ਜੀ ਦੀ ਅੱਜ ਵਾਸ਼ਿੰਗ ਮਸ਼ੀਨ ਨਿਕਲੀ ਆ ਸੋ ਉਹਨਾਂ ਨੂੰ ਅਸੀਂ ਦੇਣਾ ਚਾਹ ਰਹੇ ਹਾਂ ਮੈਂ ਚਾਹੁੰਦਾ ਸੀ ਕਿ ਭੈਣਾਂ ਨੂੰ ਸਭ ਨੂੰ ਦੇਵਾਂ ਪਰ ਇਸ ਭੈਣ ਨੂੰ ਮੈਂ ਦੇ ਰਿਹਾ ਅਤੇ ਮੇਰੇ ਮਨ ਨੂੰ ਖੁਸ਼ੀ ਆ ਅੱਗੇ ਮੇਰਾ ਰੱਬ ਮੇਰਾ ਕੰਮ ਕਾਰ ਵਧਾਵੇ ਮੇਰੀ ਇਨਕਮ ਵਧਾਵੇ ਆਉਣ ਵਾਲੀ ਰੱਖੜੀ 'ਤੇ ਮੈਂ ਸਾਰੀਆਂ ਭੈਣਾਂ ਨੂੰ ਆਪਣੇ ਵੱਲੋਂ ਵਾਸ਼ਿੰਗ ਮਸ਼ੀਨਾਂ ਗਿਫਟ ਕਰਨਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਜੋ ਵੀਰ ਅਨਿਲ ਖਟਵਾਲ ਜੀ ਵੱਲੋਂ ਭੈਣ ਭਰਾ ਦੇ ਪਿਆਰ ਦਾ ਰਾਖੀ ਬੰਧਨ ਉਸ ਨੂੰ ਮਜ਼ਬੂਤ ਕਰਦੇ ਹੋਏ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਅਨਿਲ ਖਟਵਾਲ ਜੀ ਵੱਲੋਂ ਜੋ ਹਰ ਮਹੀਨੇ ਪ੍ਰੋਗਰਾਮ ਰੱਖਿਆ ਜਾਂਦਾ ਉਹ ਇਸ ਮਹੀਨੇ ਰੱਖਿਆ ਗਿਆ ਅੱਗੇ ਸਿਲਾਈ ਮਸ਼ੀਨਾਂ ਹੁੰਦੀਆਂ ਨੇ ਪਰ ਐਕ ਤਾਂ ਇਹਨਾਂ ਨੇ ਇਹਨਾਂ ਦੀ ਸੋਚ ਮੁਤਾਬਕ ਜਿੱਦਾਂ ਇਹਨਾਂ ਦੀ ਸੰਸਥਾ ਇਹਨਾਂ ਨੂੰ ਫੰਡ ਮੁਹੱਈਆ ਕਰਾਉਂਦੀ ਹੈ ਉਸ ਦੇ ਮੁਤਾਬਕ ਉਸ ਯੋਗ ਸ਼ਕਤੀ ਨੂੰ ਦੇਖਦੇ ਹੋਏ ਇਹਨਾਂ ਨੇ ਇਹ ਰਾਖੀ ਬੰਧਨ ਦਾ ਭੈਣ ਭਾਈ ਦਾ ਰਿਸ਼ਤਾ ਜਿਹੜਾ ਮਜ਼ਬੂਤ ਕਰਦਿਆਂ ਹੋਇਆਂ ਜੋ ਵਾਸ਼ਿੰਗ ਮਸ਼ੀਨ ਐਕ ਤਾਂ ਲੱਕੀ ਡਰਾਅ ਦੇ ਰੂਪ 'ਚ ਕੱਢਣੀ ਕੀਤੀ ਹੈ ਸੋ ਅਸੀਂ ਇਸ ਮੌਸਮ ਮੌਕੇ 'ਤੇ ਅਨਿਲ ਖਟਵਾਲ ਜੀ ਨੂੰ ਅਤੇ ਇਸ ਸੰਸਥਾ ਦੇ ਸਾਰੇ ਸਮੂਹ ਮੈਂਬਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਅਤੇ ਨਾਲ ਹੀ ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਨਿਲ ਖਟਵਾਲ ਜੀ ਤੁਸੀਂ ਸਾਰੀਆਂ ਸੰਗਤਾਂ ਆਪਣਾ ਨਿੱਘਾ ਸਹਿਯੋਗ ਦਿੰਦੇ ਹੋਏ ਇਸ ਤਰ੍ਹਾਂ ਹੀ ਅੱਗੇ ਆਪਣੇ ਭਾਈਚਾਰੇ ਦੀ ਸਮਾਜ ਦੀ ਸੇਵਾ ਕਰਨ ਦੇ ਵਿੱਚ ਹੋਰ ਬਲ ਉਦਮ ਬਖਸ਼ਿਸ਼ ਕਰੋਗੇ ਸੋ ਮੈਂ ਇੰਨਾ ਕੁਛ ਹੀ ਕਹਿੰਦਾ ਹਾਂ ਅਨਿਲ ਖਟਵਾਲ ਜੀ ਦਾ ਅਤੇ ਸਮੁੱਚੀ ਸਮੂਹ ਜਥੇਬੰਦੀ ਦਾ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ